ਕਾਨ ਦਾ ਕਹਿਣਾ ਤੇ ਸਭ ਮੰਨਦੇ ਨੇ। ਉਹਦਾ ਕਿਹਾ ਤੇ ਪੱਥਰ ਤੇ ਲਕੀਰ ਹੈ, ਤੇ ਫਿਰ ਇਹੋ ਜਿਹਾ ਕੌਣ ਜੰਮ ਪਿਆ ਜਿਹਦਾ ਕਿਹਾ ਸੁਲਤਾਨ ਵੀ ਨਹੀਂ ਮੋੜ ਸਕਦਾ। ਏਡੇ ਰੁਤਬੇ ਤਾਕਤ ਵਾਲਾ ਕੌਣ ਹੈ ਇਹ ਬੰਦਾ? ਅੱਜੂ ਅੱਜੂ ਚੌਧਰੀ ਹੈ ਕਹਿ ਦੋ ਜੀ। ਤੂੰ ਇੱਥੇ ਕੀ ਕਰ ਰਹੀ ਹੈ ਚੰਦੋ? ਕਹਿ ਦੋ ਨੇ ਕਿਤੇ ਸਾਡੀਆਂ ਸਾਰੀਆਂ ਗੱਲਾਂ ਸੁਣ ਤਾਂ ਨਹੀਂ ਲਈਆਂ? ਖਸਮ ਨੂੰ ਖਾਣੀ ਤੂੰ ਇੱਥੇ ਕੀ ਕਰ ਰਹੀ ਹੈ? ਦੱਸ ਕਿਹਦਾ ਪਹਿਰਾ ਦੇ ਰਹੀ ਹੈ? ਤੁਰ ਜਾ ਇੱਥੋਂ। ਤੂੰ ਕੀ ਲੈਣਾ ਹੈ ਇਹ ਭਾਬੀ ਦਿਓਰ ਦੀ ਗੱਲਾਂ ਚ? ਹੈ ਛੋਟੀ ਸਾਰੀ ਚੀਜ਼ਾਂ ਕੰਮ ਲਈ ਤੁਸੀਂ ਆਪਣੇ ਦੋਸਤ ਅੱਜੂ ਚੌਧਰੀ ਨੂੰ ਨਾਲ ਲੈ ਕੇ ਚੱਲੇ ਹੋ, ਪਿੱਛੇ ਇਹਨਾਂ ਨੂੰ ਵੀ ਤਾਂ ਕੋਈ ਜ਼ਰੂਰਤ ਹੋਏਗੀ। ਮੈਂ ਛੋਟੀ ਸ਼ਾਨ ਜੀ ਲਈ ਇੱਥੇ ਇਹਨਾਂ ਦਾ ਸਾਥ ਦਊਂਗੀ, ਅਤੇ ਵੈਸੇ ਮੈਨੂੰ ਤੁਹਾਡੇ ਦੋਵਾਂ ਦੇ ਰਾਜ ਬਾਰੇ ਚੰਗੀ ਤਰ੍ਹਾਂ ਪਤਾ ਹੈ। ਤੁਸੀਂ ਮੁਲਤਾਨ ਜਾ ਰਹੇ ਹੋ ਪੱਕੋ ਬੀਬੀ ਦੇ ਵਿਆਹ ਲਈ, ਛੋਟੀ ਸ਼ਾਨੀ ਜੀ ਦੀ ਸ਼ਰਤ ਪੂਰੀ ਹੋ ਜੇ ਉਹਦੇ ਬਦਲੇ 'ਚ ਤੁਹਾਡੇ ਨਿਕਾਹ ਲਈ ਵੱਡੀ ਸ਼ਾਹ ਸ਼ਾਨੀ ਜੀ ਨੂੰ ਰਾਜ਼ੀ ਕਰ ਲਈ। ਮੇਰੀ ਗੱਲ ਕੰਨ ਖੋਲ ਕੇ ਸੁਣ, ਜੇ ਇਹ ਗੱਲ ਕਿਸੇ ਕੋਲ ਵੀ ਪਹੁੰਚ ਗਈ ਤਾਂ ਤੇਰੀ ਖੈਰ ਨਹੀਂ। ਸਮਝਾਈ ਕਿ ਨਹੀਂ? ਮੈਂ ਕਿਸੇ ਨੂੰ ਕਿਉਂ ਕਰੂੰਗੀ ਗੱਲ? ਮੈਂ ਤੇ ਆਪ ਤੁਹਾਡੀ ਮਦਦ ਕਰਨਾ ਚਾਹੁੰਦੀ ਹਾਂ। ਤੂੰ ਸਾਡੀ ਮਦਦ ਕਿਉਂ ਕਰੇਂਗੀ? ਪਰ ਤੈਨੂੰ ਮਿਲੇਗਾ ਕੀ? ਅਨੀ ਜੀ ਮੈਂ ਕੈਦੂ ਜੀ ਲਈ ਕੁਛ ਵੀ ਕਰ ਸਕਦਾ। ਫਿਰ ਸਭ ਨੇ ਕਹਿਣਾ ਕਿ ਦੱਸੋ ਹੀ ਮਾੜੀ ਜੇ ਨੀ ਕਸਮਾਂ ਨੂੰ ਖਾਣੀ ਹੈ। ਇਹੀ ਤਾਂ ਪੁੱਛ ਰਹੀ ਹਾਂ ਮੈਂ, ਤੂੰ ਕਰੇ ਕੀ? ਸ਼ਾਨੀ ਜੀ ਤੜਕੇ ਦਿਨ ਚੜ੍ਹਦਿਆ ਤੁਹਾਨੂੰ ਆਪੇ ਪਤਾ ਲੱਗ ਜਾਏਗਾ। ਬੰਤੂ ਚਾਚੀ ਜਾਣੇ ਤੇਰੇ ਦੱਸਣ ਤੋਂ ਪਹਿਲਾਂ ਸਾਰਿਆਂ ਨੂੰ ਦੱਸਦਾ ਉਹਨਾਂ ਦੋ ਦਿਨਾਂ ਬਾਰੇ? ਇਹ ਤਾਂ ਬਹੁਤ ਬੁਰਾ ਹੋਇਆ ਹੀਰ, ਸ਼ਾਹ ਜੀ ਤਾਂ ਬਹੁਤ ਨਾਰਾਜ਼ ਹੋਏ ਹੋਣਗੇ। ਹਾਂ ਨਿੰਮੋ, ਛੋਟੀ ਅੰਮੀ ਦੇ ਨਾਲ ਨਾਲ ਉਹ ਸ਼ੈਤਾਨ ਦੀ ਪੁੱਛ ਕੈਦੋ ਚਾਚੇ ਨੇ ਵੀ। ਬੇੜਾ ਹੀ ਬਹਿ ਜੇ ਕੈਦੋ ਚਾਚੇ ਦਾ ਤਾਂ, ਕੱਲ੍ਹ ਇੰਨਾ ਕੁਛ ਹੋਇਆ ਕਰੇ ਦੱਸ ਵੀ ਨਹੀਂ ਸਕਦੀ। ਸਭ ਬਹੁਤ ਨਾਰਾਜ਼ ਹੈ ਮੇਰੇ ਤੋਂ, ਇਹ ਦਰਦ ਪਿਆ ਕਰਨ ਲਈ ਤਾਂ ਮੈਂ ਤੈਨੂੰ ਇੱਥੇ ਬੁਲਾਇਆ। ਕਿਸੇ ਹੋਰ ਨਾਲ ਕਰ ਵੀ ਤਾਂ ਨਹੀਂ ਸਕਦੀ ਮੈਂ ਇਹ ਸਾਰੀਆਂ ਗੱਲਾਂ। ਸਹੀ ਕੀਤਾ ਤੂੰ ਹੀਰ, ਪਰ ਕੱਲ੍ਹ ਤਾਂ ਸਾਡਾ ਸਾਰਾ ਵਕਤ ਉਸ ਤਖ਼ਤ ਸਾਰੇ ਵਾਲੇ ਨੇ ਖਰਾਬ ਕਰ ਦਿੱਤਾ। ਕੰਮ ਲਾ ਜਿਆ ਨਾ ਹੋਵੇ ਤਾਂ ਇਹ ਗੁੱਡੀ ਹੀਰ ਨੂੰ ਹਰਦਮ ਅਹਿਸਾਸ ਕਰਾਵੇਗੀ ਕਿ ਉਹ ਇਹਦੇ ਵਾਂਗ ਆਜ਼ਾਦ, ਪਾਕ ਸਾਫ਼ ਅਤੇ ਕੁੱਲ ਜਹਾਨ ਤੋਂ ਖੂਬਸੂਰਤ ਵੀ ਹੈ, ਅਤੇ ਉਸਦੇ ਇਸ ਰੁਤਬੇ ਨੂੰ ਕੋਈ ਵੀ ਨਹੀਂ ਹਿਲਾ ਸਕਦਾ। ਹੀਰੇ ਕਿੱਥੇ ਗੁੰਮ ਹੋ ਗਈ ਹੈ ਤੂੰ? ਕੀ ਸੋਚ ਰਹੀ ਹੈ? ਫਿਲਹਾਲ ਤਾਂ ਮੈਨੂੰ ਕੁਛ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਰਾਂਗੀ, ਮੇਰਾ ਕੀ ਬਣੂਗਾ। ਘਰ ਸਭ ਨਾਰਾਜ਼ ਨੇ, ਪੱਕੋ ਭੈਣ ਆਪਣਾ ਰਿਸ਼ਤਾ ਟੁੱਟਣ ਦੀ ਵਜ੍ਹਾ ਮੈਨੂੰ ਮੰਨਦੀ ਹੈ, ਉਹ ਵੀ ਨਾਰਾਜ਼ ਹੈ, ਅੰਮੀ ਅੱਬੂ ਸਭ ਨਾਰਾਜ਼ ਨੇ। ਮੈਨੂੰ ਕੁਛ ਸਮਝ ਨਹੀਂ ਆ ਰਿਹਾ, ਅੱਬੂ ਨੇ ਤਾਂ ਮੇਰੇ ਨਾਲ ਗੱਲਬਾਤ ਕਰਨੀ ਹੀ ਛੱਡ ਦਿੱਤੀ ਹੈ, ਪਤਾ ਨਹੀਂ ਕੀ ਬਣੂਗਾ ਮੇਰਾ। ਮਸਲਾ ਤਾਂ ਬੜਾ ਨਾਜ਼ੁਕ ਹੈ ਹੀਰੇ, ਪਰ ਅਫਸੋਸ ਦੀ ਗੱਲ ਇਹ ਹੈ ਕਿ ਤੂੰ ਉਹਨਾਂ ਨੂੰ ਆਪਣਾ ਸੱਚ ਵੀ ਨਹੀਂ ਦੱਸ ਸਕੀ। ਪਰ ਹੁਣ ਤੈਨੂੰ ਆਪਣਾ ਸੱਚ ਦੱਸਣਾ ਪਏਗਾ ਹੀਰੇ। ਮੈਂ ਅੱਬਾ ਜਾਨ ਨੂੰ ਹਰ ਤਰੀਕੇ ਨਾਲ ਸਮਝਾ ਕੇ ਵੇਖ ਲਿਆ, ਉਹ ਮੇਰੀ ਕਿਸੇ ਗੱਲ 'ਤੇ ਵੀ ਯਕੀਨ ਨਹੀਂ ਕਰ ਰਿਹਾ। ਮੈਂ ਆਪਣੀ ਪੂਰੀ ਵਾਹ ਲਾਤੀ ਅੱਬੂ ਜਾਨ ਨੂੰ ਆਪਣੀ ਗੱਲ ਸਮਝਾਉਣ ਦੀ, ਪਰ ਉਹ ਮੇਰੀ ਕਿਸੇ ਗੱਲ 'ਤੇ ਵੀ ਯਕੀਨ ਨਹੀਂ ਕਰ ਰਹੇ, ਅਤੇ ਮੈਨੂੰ ਕਹਿੰਦੇ ਕਿ ਮੈਂ ਉਹਨਾਂ ਦਾ ਯਕੀਨ ਤੋੜਿਆ। ਪਤਾ ਨਹੀਂ ਇਹ ਸਭ ਕਦੋਂ ਤੱਕ ਚੱਲੂਗਾ ਨਿੰਮੋ, ਮੈਂ ਤਾਂ ਬਹੁਤ ਪਰੇਸ਼ਾਨ ਹੋ ਗਈ ਹਾਂ। ਮੈਂ ਇਨ ਸਭ ਚੀਜ਼ਾਂ ਤੋਂ ਦੂਰ ਜਾਣਾ ਚਾਹੁੰਦੀ ਹਾਂ, ਇਹ ਸਾਰੇ ਝਮੇਲਿਆਂ ਤੋਂ ਦੂਰ ਭੱਜਣਾ ਚਾਹੁੰਦੀ ਹਾਂ, ਸੁੱਖ ਦਾ ਸਾਹ ਲੈਣਾ ਚਾਹੁੰਦੀ ਹਾਂ ਨਿੰਮੋ। ਮੈਂ ਤਾਂ ਸਮਝ ਹੀ ਨਹੀਂ ਆ ਰਿਹਾ ਮੈਂ ਕਿੱਥੇ ਜਾਵਾਂ। ਦਿਲ ਛੋਟਾ ਨਾ ਕਰ ਹੀਰੇ, ਕੋਈ ਨਾ ਕੋਈ ਰਾਹ ਜ਼ਰੂਰ ਨਿਕਲ ਆਵੇਗਾ ਤੈਨੂੰ ਆਪਣਾ ਸੱਚ ਦੱਸਣ ਲਈ। ਚੰਗਾ ਹੀਰ, ਮੈਂ ਚੱਲਦੀ ਹਾਂ ਹੁਣ। ਯਾ ਅੱਲਾ, ਕੀ ਹੋਇਆ ਨਿੰਮੋ? ਤੂੰ ਠੀਕ ਹੈ? ਆ ਦੁਪੱਟਾ ਫਸ ਗਿਆ ਤੇਰਾ।
दो मिनट रुक हीर। क्यों की होया? अम्मी ये दुपट्टा नवा लेके आई सी, तूने भी बेकार हो गया। पर तू ये लक्कड़ दा टुकड़ा क्यों रखा अपने नाल? एदा की काम आ? मेरे अम्मी बड़े शक्की मिजाज दे ने, उन्होंने मेरी किसी भी गल का कोई भरोसा नहीं, ते वो हर गलती दा जिम्मेवार मैनू मानते ने। फिर तो बड़ा औखा तेरे लिए भी। हाँ हीर, इस करके मैनू हर गल दे सबूत रखने पैंदे ने। उन्हें लक्कड़ दा टुकड़ा भी मैं सबूत दे तौर ते रखे है, ताकि वो जदों मैनू पुछन तां मैं उन्हां नू दिखा देवां कि इस लक्कड़ दे टुकड़े करके दुपट्टा फट गया। की करा हीर, जदों कोई भरोसा नहीं करदा तां एवें करना पैंदा, उन्हां दे सामने उस वजह नू ला के रखना पैंदा जिस वजह नाल भरोसा टुटिया होवे। शुक्रिया निम्मो, तेरा बहुत बहुत शुक्रिया। शुक्रिया किस गल दा हीर? निम्मो, मैनू तेरी गल्लां चों इक राह मिल गया अबू जान दे सामने सच्चाई साबित करन दी। की राह मिलिया तेनू हीर? दसेंगे भी हुण केड़े राह जा रही है तू? उसे राह ते जा रही है। कमली तां नहीं होगी ये कुड़ी किते? उदों तक मैं पीर वाले रुख कोल तेरा इंतजार करूंगा, तेरी राह देखांगा। यह सारा कुछ बाद च देखांगे, तू हले इत्थों जा, अल्लाह दा वास्ता है तेनू। मैं भी किन्ना काम है एहो सोच रहा ना, तू मैनू पता है तू एहो सोच। हाँ हाँ, पर तू ही दस मैं की करा। हीर देशक ने तो मैनू सच्ची कमला किया, उन्होंने बिना मैनू कुछ नजर नहीं आती। हस लै होर हस लै, आशकों देख के तो सब हसते ने। खुद को मैं अनजाण हो गया, जब दे तेरे इश्के दे विच पैर तरे, दिल मेरा चाहता है तू मिल जावे, तेरे पिछे झल्लिया वर्गे हाल करे। आसा दा एक बूटा लाया, पानी देवा उनू आप ते आया मैं, इंतजार दा एक पल जापे सदिया जिहा, हुण तू ही दस किन्ना कोई सबर करे। मैनू पता सी हीरे, मेरा दिल कहिंदा सी कि तू जरूर आवेंगी, तू मैनू मिलन आवेंगी। तू आ गई हीरे, तेनू किवें पता कि मैं आ रही हूं? तेरी खुशबू इन्हां हवा दे बुल्लियां विच तेरी खुशबू घुल जांदी है। एक गल कहां मैं तेनू? मेरी इजाजत दी जरूरत नहीं तुहानू, फरमाओ तुसी। मैं तेनू इत्थे माफ करन लई आई हां। एक शर्त है। एक शर्त नहीं, जे तू हर रोज एक नवी शर्त लेके आवे ना तां भी मैनू खुशी खुशी मंजूर है। तू हुक्म कर, मैनू मंजूर है तेरी हर शर्त। मैं तेनू इस वेले माफ कर दी है, पर उहदे बदले तेनू मेरी एक शर्त मननी पैनी है। फिर तू अपनी राह ते मैं अपनी राह, मंजूर है? मंजूर है मैनू। पहला शर्त सुनता लै, वैसे ही मंजूरी देती तू। फरमाओ। चानी जी, चानी जी दे दो ना, चानी जी। चानी परा मर, पाल दिया मेरे तो गिनिया। ओ बंतो, की होया तेनू? क्यों सवेरे सवेरे बेचारी शिंदो दे मगर पै गई तू? इन्हें एहो जे की आखता तेनू? ना भाभी जान, मगर क्यों ना पावा ये रकम पाल दिया है मेरे तो। ना इन्नू कोई पुछन वाला होए भी मैं केड़ा इत्थे खजाना दबी बैठी हाँ, जड़िया ही मेरे तो आसा लाई फिर दी है। नहीं छिंदो, तू मेरे को मंग लेंदी गिनी है, तेनू मैं दे दिंदी। पर तू ये तो दस, तेनू गिनिया चाहिदियां कादे लई ने? एहो जिहा की काम पै गया तेनू? ओ शानी जी, मेरे मामू जान जिन्हां थोड़ा चिर पहला निकाह होया सीगा। हाँ हाँ, की होया उन्हां नू? अल्लाह ताला ने उन्हां नू पुत्र दी दा दित्ती है,
ਤੇ ਮੈਂ ਉਹਨਾਂ ਨੂੰ ਮਿਲਣ ਜਾਣਾ ਸੀਗਾ ਪਰ ਛਿੰਦੋ ਤੇਰੇ ਮਾਮਾ ਜੀ ਤਾਂ ਕਾਫੀ ਉਮਰ ਦਰਾਜ ਦੇ ਇਸ ਉਮਰ ਚ ਨਿਕਾਹ ਤੇ ਬੱਚਾ ਸ਼ਾਨੀ ਜੀ ਮੇ ਮਾਮੂ ਜਾਨ ਨੂੰ ਜਵਾਨੀ ਚ ਕੋਈ ਕੁੜੀ ਨਾ ਮਿਲੀ ਤੇ ਰਿਸ਼ਤਾ ਨਾ ਹੋਇਆ ਉਮਰ ਜ਼ਿਆਦਾ ਹੋ ਗਈ ਪਰ ਤੁਹਾਨੂੰ ਪਤਾ ਹੀ ਹੈ ਵੱਡੀ ਉਮਰ ਤੇ ਉਹ ਤੋਂ ਨਸ਼ੇ ਦੀ ਲੱਤ ਅਸੀਂ ਰਲ ਕੇ ਉਹਨਾਂ ਦਾ ਨਕਾਬ ਬਰਾਦਰੀ ਠਿਕਰਾਤਾ ਹੈ ਹੁਣ ਨਸ਼ਾ ਵੀ ਛੁੱਟ ਗਿਆ ਹੈ ਤੇ ਘਰ ਦੀ ਜ਼ਿੰਮੇਵਾਰੀ ਪੂਰੀ ਨਿਭਾਉਂਦੇ ਨੇ ਤੇ ਆਪਸ ਵਿੱਚ ਪਿਆਰ ਨਾਲ ਰਹਿੰਦੇ ਨੇ ਵਾਹ ਨੀ ਛਿੰਦੋ ਇਹ ਤਾਂ ਬੜੇ ਭਲੇ ਦੀ ਗੱਲ ਹੋਈ ਜੀ ਛੋਟੀ ਛਾਣੀ ਜੀ ਪੁੱਤਰ ਦੀ ਦਾਤ ਤੋਂ ਬਾਅਦ ਉਹਨਾਂ ਨਸ਼ਾ ਛੱਡਦਾ ਤੇ ਪਰਿਵਾਰ 'ਚ ਰਲ ਮਿਲ ਕੇ ਰਹਿੰਦੇ ਨੇ ਪਰ ਛਿੰਦੋ ਇਸ ਉਮਰ 'ਚ ਬੱਚਾ ਤੇਰੀ ਮਾਮੀ ਜਾਨ ਨੂੰ ਕੋਈ ਤਕਲੀਫ ਨਹੀਂ ਹੋਈ ਓਹੋ ਸ਼ਾਨੀ ਜੀ ਨਹੀਂ ਮੇਰੀ ਮਾਮੀ ਜਾਨ ਦੀ ਕੋਈ ਜ਼ਿਆਦਾ ਉਮਰ ਥੋੜ੍ਹੀ ਹੈ ਆਹ ਲਾ ਲਓ ਹੀਰ ਬੀਬੀ ਤੋਂ 2-4 ਸਾਲ ਤਾਂਹ ਹਾਂ ਇੱਕ ਗੱਲ ਤਾਂ ਦੱਸ ਛਿੰਦੋ ਭਈ ਇੰਨੀ ਛੋਟੀ ਉਮਰ ਦੀ ਕੁੜੀ ਤੇਰੇ ਮਾਮੂ ਜਾਨ ਨਾਲ ਨਿਕਾਹ ਕਰਾਉਣ ਲਈ ਮਨ ਕਿਵੇਂ ਗਈ ਲੈ ਸ਼ਾਨੀ ਜੀ ਭਾਵੇਂ ਮੇਰੇ ਮਾਮੂ ਜਾਨ ਨਸ਼ੇ ਦੀ ਲੱਤ 'ਚ ਲੱਗੇ ਰਹਿੰਦੇ ਸੀਗੇ ਉਮਰ 'ਚ ਵੱਡੇ ਨੇ ਪਰ ਮੇਰੀ ਮਾਮੀ ਜਾਨ ਨੂੰ ਇੰਨਾ ਪਿਆਰ ਕਰਦੇ ਨੇ ਰਾਣੀਆਂ ਵਾਂਗੂ ਰੱਖਦੇ ਨੇ ਐਡੇ ਸੁੱਚੇ ਮੋਤੀ ਨੇ ਮੇਰੇ ਮਾਮੂ ਜਾਨ ਲੈ ਨੀ ਛਿੰਦੋ ਬੜੇ ਹੀ ਭਾਗਾਂ ਵਾਲੇ ਨੇ ਤੇਰੇ ਮਾਮੂ ਜਾਨ ਨਹੀਂ ਤਾਂ ਹਰ ਕਿਸੇ ਦੇ ਭਾਗ ਇਹੋ ਜਿਹੇ ਥੋੜੀ ਨਾ ਹੁੰਦੇ ਨੇ ਬਈ ਹੁਣ ਇੱਥੇ ਹੀ ਵੇਖ ਲਓ ਉਵੇਂ ਤਾਂ ਸਾਡੇ ਭਾਈ ਜਾਨ ਵੀ ਦਿਲ ਦੇ ਮਾੜੇ ਨੇ ਕਹਿ ਦੋ ਭਾਈ ਜਾਨ ਬਸ ਵਿਚਾਰਿਆਂ ਦੀ ਕਿਸਮਤ ਹੀ ਮਾੜੀ ਹੈ ਜਿਹੜਾ ਹਜੇ ਤੱਕ ਕੋਈ ਨਿਕਾਹ ਨਹੀਂ ਹੋਇਆ ਫਿਰ ਸਭ ਨੇ ਕਹਿਣਾ ਅਖੀ ਬਨ ਤੋਂ ਹੀ ਮਾੜੀ ਜੇ ਨਾ ਭਾਬੀ ਜਾਨ ਮੇਰੀਆਂ ਗੱਲਾਂ ਤੇ ਸਭ ਨੂੰ ਬੁਰੀਆਂ ਲੱਗਦੀਆਂ ਨੇ ਪਰ ਭਾਬੀ ਜਾਨ ਹੁਣ ਸਾਨੂੰ ਵੀ ਨਾ ਕੈਦੋਂ ਭਾਈ ਜਾਨ ਦਾ ਨਿਕਾਹ ਤਾਂ ਕਰਾ ਹੀ ਦੇਣਾ ਚਾਹੀਦਾ ਉਹ ਕੀ ਪਤਾ ਇਹਦੇ ਮਾਮੂ ਜਾਨ ਵਾਂਗੂ ਕੈਦੋਂ ਭਾਈ ਜਾਨ ਵੀ ਕਿਤੇ ਜ਼ਿੰਮੇਦਾਰੀ ਸੰਭਾਲ ਲੈਣ ਪਰ ਮੇਰੀ ਤਾਂ ਇਸ ਘਰ 'ਚ ਕੋਈ ਸੁਣਦਾ ਹੀ ਨਹੀਂ ਸਾਨੀ ਜੀ ਮੈਂ ਤੇ ਅੱਲਾਹ ਪਾਕ ਅੱਗੇ ਝੋਲੀ ਅੱਡ ਕੇ ਅਰਦਾਸ ਕਰਦੀ ਹਾਂ ਇਹ ਤਾਂ ਕੈਦੋਂ ਜੀ ਦਾ ਵੀ ਘਰ ਵਾਸਤੇ ਬੇਗਮ ਉਹਨਾਂ ਦੀ ਆ ਜਾਏਗੀ ਘਰ ਬਾਰ ਸਾਂਭੇਗੀ ਤੇ ਨਸ਼ੇ ਦੀ ਲੱਤ ਵੀ ਲੱਥ ਜਾਏਗੀ ਹੋਰ ਕੀ ਨੀ ਛਿੰਦੋ ਇੱਥੇ ਕਿਹੜਾ ਕਿਸੇ ਦਾ ਕੁਛ ਜਾਂਦਾ ਹੈ ਵੀ ਜ਼ਿੰਦਗੀ ਤਾਂ ਕੈਦੋਂ ਭਾਈ ਜਾਨ ਦੀ ਗਰਕ ਹੋ ਰਹੀ ਹੈ ਮੈਂ ਸੱਚ ਕਹਿ ਰਹੀ ਹਾਂ ਅੱਬਾ ਜਾਨ ਹੁਣ ਕੀ ਹੋਇਆ ਹੀਰੇ ਮਚਾਲ ਹੈ ਕਿ ਕੋਈ ਵੀ ਦਿਨ ਖਾਲੀ ਨਿਕਲ ਜੇ ਹਰ ਰੋਜ਼ ਇਸ ਕੁੜੀ ਨੇ ਕੋਈ ਨਾ ਕੋਈ ਨਵਾਂ ਤਮਾਸ਼ਾ ਕਰਨਾ ਹੀ ਹੁੰਦਾ ਹੈ ਅੱਬੂ ਜਾਨ ਮੇਰੀ ਗੱਲ ਤੇ ਯਕੀਨ ਕਰੋ ਮੈਂ ਸੱਚ ਕਹਿ ਰਹੀ ਹਾਂ ਮੈਂ ਤੈਨੂੰ ਕਹਿ ਦਿੱਤਾ ਨਾ ਮੈਂ ਤੇਰਾ ਇੱਕ ਵੀ ਲਫ਼ਜ਼ ਨਹੀਂ ਸੁਣਨਾ ਚਾਹੁੰਦਾ ਮੈਨੂੰ ਮਾਫ਼ ਕਰ ਦਿਓ ਅੱਬੂ ਤੈਨੂੰ ਅੱਲਾ ਦਾ ਵਾਸਤਾ ਹੈ ਅੱਬੂ ਮੈਨੂੰ ਤੇਰੀ ਇੱਕ ਵੀ ਗੱਲ ਤੇ ਭਰੋਸਾ ਨਹੀਂ ਔਰ ਤੇਰੀ ਮਾਫ਼ੀ ਤੇ ਵੀ ਨਹੀਂ ਮੈਨੂੰ ਪਤਾ ਹੈ ਅੱਬੂ ਤੁਹਾਨੂੰ ਮੇਰੀ ਗੱਲ ਤੇ ਯਕੀਨ ਨਹੀਂ ਹੈ ਇਸ ਕਰਕੇ ਮੈਂ ਕਿਸੇ ਨੂੰ ਲੈ ਕੇ ਆਈ ਹਾਂ ਯਕੀਨ ਦਿਵਾਉਣ ਵਾਸਤੇ ਤੂੰ ਕਿਹਨੂੰ ਲੈ ਆਈ ਏ ਕਿਹਨੂੰ ਲੈ ਕੇ ਆਈ ਹੈ ਤੂੰ ਮੈਂ ਉਸੇ ਨੂੰ ਲੈ ਕੇ ਆਈ ਹਾਂ ਜਿਸਦੇ ਕਰਕੇ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਗੁਨਾਹਗਾਰ ਬਣੀ ਖੜੀ ਹਾਂ ਸੁਣੋ ਅੰਦਰ ਆ ਜਾਓ ਇਹ ਕੌਣ ਹੈ ਕੌਣ ਹੈ ਤੂੰ ਬਰਖੁਰਦਾਰ ਅੱਬੂ ਇਹ ਉਹੀ ਹੈ ਜਿਹਨੇ ਮੈਨੂੰ ਡਾਕੂਆਂ ਤੋਂ ਬਚਾਇਆ ਤੇ ਸਹੀ ਸਲਾਮਤ ਝੰਗ ਪਹੁੰਚਾਇਆ ਤੇ ਨੇਕ ਇਨਸਾਨ ਹੋਣ ਦਾ ਫਰਜ਼ ਨਿਭਾਇਆ ਇਹਨੇ ਹਾਂ ਪੱਕੋ ਭੈਣ ਇਹ ਚੂੜੀ ਵਾਲਾ ਬਣ ਕੇ ਮੈਨੂੰ ਮਿਲਣ ਨਹੀਂ ਬਲਕਿ ਮੇਰੀ ਅਮਾਨਤ ਵਾਪਸ ਕਰਨ ਆਇਆ ਸੀ ਅਮਾਨਤ ਤੇਰਾ ਬੇਟਾ ਕਿਹੜਾ ਮੀਆਂ ਅੰਮੀ ਜਾਨ ਯਾਦ ਹੈ ਨਾ ਤੁਹਾਨੂੰ ਮੇਰਾ ਝੁਮਕਾ ਉਹ ਡਾਕੂਆਂ ਨੇ ਲੁੱਟ ਲਿਆ ਸੀ ਤੇ ਇਹਨੇ ਉਹ ਝੁਮਕਾ ਵਾਪਸ ਲੈ ਕੇ ਬਸ ਮੈਨੂੰ ਦੇਣ ਆਇਆ ਸੀ
तेरा पिंड केड़ा मियां? अब्बा की गल हीरे ऐ गूंगा? नहीं अब्बा। जे इहदी हर गल दा जवाब तू ही देना है फिर इहनू इत्थे बुत बना के खड़ा करन ले लियाई है। हुण तू चुप रहेंगी ते मेरी हर गल दा जवाब इहो देगा। दस मियां कित्थों दा वसनीक है? जी मैं चन्योट तो हाँ। ना की है तेरा? हीर दे वाल की वेख रहे हैं? ये अपना ना क्यों नहीं दस रहा? होवे ना होवे दांच काला जरूर है कुछ। हाँ मिया की होया? मैं ना पूछया तेरा अपना ना भूल गया लगता है। नहीं जी एहो जी कोई गल नहीं। फिर दस ना की है तेरा? या अल्लाह यह तो मैनू दसिया ही नहीं। जे इन्हें अपना असल नाम बोल दिता तो अब्बा जानू पता लग जाना कि यह कौन है ते केड़े पिंड दा है। हीरे तेरी अज खैर नहीं। रांझा रांझा अच्छा ये दस केड़े खानदान चो है? जी खानदान? हाँ परिवार च कौन कौन है तेरे? जी कोई भी नहीं। की मतलब? मतलब है कि मेरा इस दुनिया ते कोई भी नहीं। तेरा बहुत बहुत शुक्रिया पुत्र। जदो हीर घर वापस आई सी ना तो उन्हें मैनू दसिया सी कि एक मुंडे ने उहदी जान बचाई सी ते उहनू सही सलामत घर पहुंचाया। मैं तो उस दिन तो ही दुआ कर रही सी कि जे वो इंसान मेरे सामने आवे ना तो मैं ओदा दिल तो शुक्रिया अदा करा। एक बार फिर तो शुक्रिया पुत्र। अल्लाह तेनू लम्मी उम्र बख्शे। ऐ ओ मुंडा नहीं है वड्डी अम्मी? ऐ तां ओहीओ मुंडा है जिहदे करके हीर इन्नी मुसीबतां च फसी हुई आ। हीर ने एगल आपे दसी सी मैनू। ओ पक्को भैन मैं मानदा कि हीर बीबी नू मेरे करके बहुत मुसीबतां चलनी पई। असल च गल है कि वो शुरू तो ही मैनू उन्हां डाकुआं दी टोली तो समझदी रही ते जद झंग मैं इहदे झुमके मोड़न आया तां इहदे दिल च शक सी कि मैं किसे होर नीयत नाल आया। पर जब सच का पता लगे फिर हीर बीबी नूं यकीन आया कि मेरे इरादे नेक सी। हाँ अब्बा जान जदों तुसीं सारिआं ने मैनूं गलत समझ लिया सी तां मैनूं भी गलत समझ लिया सी। पर वो तां मैनूं बाद च पता लग गया कि बुरा इंसान नहीं है ये पाक दिल दा है ते ये गल ते यकीन मैनूं मजार ते आया। मजार ते? मजार ते? हाँ तुसीं छिंदों नूं पुछ लो ਉਹਨੂੰ ਪੂਰੀ ਗੱਲ ਪਤਾ ਹੈ। ਛਿੰਦੇ ਤੂੰ ਸਾਰਿਆਂ ਨੂੰ ਦੱਸ ਨਾ। ਮੈਂ ਕੀ ਦੱਸਾਂ ਹੀਰ ਬੀਬੀ? ਉਹੀ ਜੋ ਉਸ ਦਿਨ ਮਜ਼ਾਰ ਤੇ ਹੋਇਆ ਸੀ। ਹਾਂ ਹੁਣ ਯਾਦ ਆਇਆ ਕਿੱਥੇ ਵੇਖਿਆ ਸੀ ਮੈਂ ਇਹਨੂੰ। ਹੀਰ ਬੀਬੀ ਤੁਸੀਂ ਤੰਦਰੁਸਤ ਹੋ ਗਏ? हाँ मैं बिल्कुल ठीक हाँ। तू चल तो आ कौन है? मैनू की पता कौन है तू बस चल। हाँ शाह जी उस दिन हीर बीबी नू बाजार ते तख्त हजारे वाले ने घेर लिया सीगा इन्हें ही तो सानू बचाया सी। उस पूरे ते तख्त हजारे वाले दी इन्नी जरूरत क्यों मेरी चूचक चौधरी दी धी दे नाल जबरदस्ती करन? अब्बा जान तुसी शांत हो जाओ पहला पूरी गल सुन लो कि उस तो बाद की होया। की होया सी उस तो बाद? अम्मी वो सारे तख्त हजारे वाले मैनू नाल लेके जाने जांदे सी ते रांझे ने आके मैनू बचाया। फिर
खबरदार जे मेरे वाले एक पैर भी फुटिया तू। सानू उन्हें जालम तो बचा लिया। बाकी छिंदो तो पूछ लो तुसी। शानी जी जे ये मुंडा ना होता सच्ची अल्लाह का कह ट जाना से साढ़े ते हीर बीबी ते मेरे ते। अब्बा जान इस मुंडे ने एक बारी नहीं कई बार मेरी जान बचाई है। ते गवाह है इस सच्चाई दा उस भरोसे दा जेड़ा थोड़े दिल चो खत्म हो गया मेरे लिए। मैनू माफ कर दे मेरी धीए मैं तेनू बड़ा गलत समझिया तेरे बारे बुरा सोचिया। तू ते मेरी अणख है मेरी आबरू है ते मेरी शान है तू ते मैनू पूरा यकीन है तू मेरा सिर नीवा नहीं होन देगी। मैनू माफ कर दो अब्बा जान मैं तो हटी तो सच्चाई लकोई पर मैं मजबूर सी घर च पहला ही बहुत कुछ चल रहा सी ते मैं तुहानू तकलीफ नहीं देना चाहती सी ऐसे करके सारिया गल्लां ते पर्दा रखिया मैं तुहाडे तों मैनू माफ कर दो।